ਦੋਸਤੋ ਅੱਜ ਅਸੀਂ 5 ਨਵੰਬਰ ਦੇ ਦਿਨਾਂ ਦੀਆਂ ਘਟਨਾਵਾਂ ਜਿਨ੍ਹਾਂ ਨੂੰ ਸਿੱਖ ਤਾਰੀਖ ਨੇ ਰਿਕਾਰਡ ਕੀਤਾ ਇਹਦਾ ਚਰਚਾ ਕਰਾਂਗੇ। ਸਭ ਤੋਂ ਪਹਿਲੀ ਘਟਨਾ ਜਿਹੜੀ ਹੈ ਸਾਡੇ ਕੋਲ 1675 ਦੀ ਹੈ। 5 ਨਵੰਬਰ 1675 ਦੇ ਦਿਨ ਗੁਰੂ ਤੇਗ ਬਹਾਦਰ ਸਾਹਿਬ ਨੂੰ ਬੱਸੀ ਪਠਾਣਾ ਤੋਂ ਜਿਹੜਾ ਦਿੱਲੀ ਪਹੁੰਚਾਇਆ ਗਿਆ। ਅਸੀਂ ਜਾਣਦੇ ਹਾਂ ਕਿ 13 ਜੁਲਾਈ 1675 ਦੇ ਤੜਕਸਾਰ 12 ਤੇ 13 ਦੀ ਤੜਕ ਦੇ ਰਾਤ, ਸੋ 13 ਜੁਲਾਈ ਦੇ ਦਿਨ ਰੋਪੜ ਦੇ ਥਾਣੇਦਾਰ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਪਿੰਡ ਮਲਕਪੁਰ ਰੋਪੜ ਤੋਂ 6 ਕਿਲੋਮੀਟਰ ਦੂਰ ਜਿਹੜਾ ਕੀਰਤਪੁਰ ਵੱਲ ਗ੍ਰਿਫਤਾਰ ਕਰ ਲਿਆ ਸੀ ਅਤੇ ਸਰਹੰਦ ਦੇ ਸੂਬੇਦਾਰ ਕੋਲ ਲਿਆ ਕੇ ਪੇਸ਼ ਕੀਤਾ ਸੀ ਅਤੇ ਸੂਬੇਦਾਰ ਸਰਹੰਦ ਨੇ ਉਹਨਾਂ ਨੂੰ ਬੱਸੀ ਪਠਾਣਾ ਦੇ ਘੇਰੇ 'ਚ ਕੈਦ ਕਰ ਦਿੱਤਾ ਸੀ। ਜਦ ਗੁਰੂ ਤੇਗ ਬਹਾਦਰ ਸਾਹਿਬ ਦੀ ਗ੍ਰਿਫਤਾਰੀ ਦੀ ਖਬਰ ਜਿਹੜੀ ਔਰੰਗਜ਼ੇਬ ਨੂੰ ਮਿਲੀ ਤਾਂ ਉਸਨੇ ਹਸਨ ਅਬਦਾਲ ਤੋਂ ਸਰਹੰਦ ਦੇ ਸੂਬੇਦਾਰ ਅਬਦੁਲ ਅਜ਼ੀਜ਼ ਦਿਲਾਵਰ ਖਾਨ ਨੂੰ ਹੁਕਮ ਭੇਜਿਆ ਕਿ ਗੁਰੂ ਜੀ ਨੂੰ ਪਿੰਜਰੇ 'ਚ ਪਾ ਕੇ ਦਿੱਲੀ ਲਿਜਾਇਆ ਜਾਏ। ਔਰੰਗਜ਼ੇਬ ਉਹਨਾਂ ਦਿਨਾਂ 'ਚ ਦਿੱਲੀ ਆਪ ਵੀ ਮੁੜਨ ਦੀ ਤਿਆਰੀ ਕਰ ਰਿਹਾ ਸੀ ਪਰ ਕਿਸੇ ਕਾਰਨ ਉਸ ਨੂੰ ਹਸਨ ਅਬਦਾਲ ਵਧੇਰੇ ਸਮਾਂ ਰੁਕਣਾ ਪੈ ਗਿਆ। ਇਸ ਕਰਕੇ ਉਸਨੇ ਦਿੱਲੀ ਦਾ ਦੇ ਸੂਬੇਦਾਰ ਸਾਫੀ ਖਾਨ ਨੂੰ ਹਦਾਇਤ ਲਿਖ ਭੇਜੀ ਕਿ ਗੁਰੂ ਤੇਗ ਬਹਾਦਰ ਸਾਹਿਬ ਇਸਲਾਮ ਕਬੂਲ ਕਰ ਲੈਣ ਤਾਂ ਠੀਕ ਹੈ, ਨਹੀਂ ਤਾਂ ਸ਼ਾਹੀ ਕਾਜ਼ੀ ਤੋਂ ਫਤਵਾ ਦਿਵਾ ਕੇ ਉਹਨਾਂ ਨੂੰ ਕਤਲ ਕਰ ਦਿੱਤਾ ਜਾਵੇ। ਤੋ ਔਰੰਗਜ਼ੇਬ ਦੇ ਹੁਕਮ 'ਤੇ ਫੁੱਲ ਚੜਾਉਂਦਿਆਂ ਗੁਰੂ ਜੀ ਨੂੰ ਪਿੰਜਰੇ ਵਿੱਚ ਪਾ ਕੇ ਬੰਦ ਕਰਕੇ ਦਿੱਲੀ ਲਿਜਾਇਆ ਗਿਆ। ਦਿੱਲੀ ਤੋਂ ਲੋਹੇ ਦਾ ਬੜਾ ਵੱਡਾ ਪਿੰਜਰਾ ਮੰਗਵਾਇਆ ਗਿਆ ਜਿਹੜਾ ਕਿ ਮੁੜ ਕੇ ਪਤਾ ਨਹੀਂ ਲੱਗ ਸਕਿਆ ਕਿ ਕਿੱਥੇ ਗਿਆ, ਕਿ ਬੰਦਾ ਸਿੰਘ ਬਹਾਦਰ ਨੂੰ ਮੇਰੇ ਦੇ 'ਚ ਹੀ ਕੈਦ ਕੀਤਾ ਗਿਆ ਸੀਗਾ ਜਦੋਂ ਉਸਨੂੰ 1715 ਵਿੱਚ ਜਦੋਂ ਉਸਨੂੰ ਗੁਰਦਾਸ ਸਿੰਘ ਤੋਂ ਗ੍ਰਿਫਤਾਰ ਕੀਤਾ ਗਿਆ। ਤੋ ਗੁਰੂ ਤੇਗ ਬਹਾਦਰ ਸਾਹਿਬ ਨੂੰ ਪਿੰਜਰੇ ਵਿੱਚ ਕੈਦ ਕਰਕੇ ਅਤੇ ਦਿੱਲੀ ਲਿਜਾਇਆ ਗਿਆ। ਦਿੱਲੀ ਇਹ 5 ਨਵੰਬਰ 1675 ਦੇ ਦਿਨ ਪਹੁੰਚਿਆ ਅਤੇ ਮੌਜੂਦਾ ਗੁਰਦੁਆਰਾ ਸੀਸਗੰਜ ਦੇ ਨਾਲ ਜਿਹੜੀ ਕੁਤਵਾਲੀ ਸੀਗੀ ਉਹਦੇ 'ਚ ਉਹਨਾਂ ਨੂੰ ਕੈਦ ਕਰ ਦਿੱਤਾ ਗਿਆ। ਦਿੱਲੀ 'ਚ ਆਪ ਨੂੰ ਸ਼ਾਹੀ ਕਾਜ਼ੀ ਅਬਦੁਲ ਵਹਾਬ ਵੋਹਰੇ ਅੱਗੇ ਪੇਸ਼ ਕੀਤਾ ਗਿਆ। ਕਾਜ਼ੀ ਨੇ ਗੁਰੂ ਜੀ ਨੂੰ ਫਤਵਾ ਜਾਰੀ ਕਰਦਿਆਂ ਕਿਹਾ ਕਿ ਜਾਂ ਤਾਂ ਕਰਾਮਾਤ ਦਿਖਾਓ ਜਾਂ ਮੁਸਲਮਾਨ ਬਣ ਜਾਓ ਜਾਂ ਮਰਨ ਵਾਸਤੇ ਤਿਆਰ ਹੋ ਜਾਓ। ਤਾਂ ਗੁਰੂ ਸਾਹਿਬ ਨੇ ਕਾਜ਼ੀ ਨੂੰ ਜਵਾਬ ਦਿੱਤਾ, ਕਰਾਮਾਤ ਕਹਿਰ ਦਾ ਨਾਂ ਹੈ, ਕਰਾਮਾਤ ਤਾਂ ਸਿਰਫ ਰੱਬ ਆਪ ਹੀ ਹੈ। ਦੂਜਾ, ਹਰ ਇਨਸਾਨ ਨੂੰ ਆਪਣਾ ਅਕੀਦਾ ਆਪਣਾ ਧਰਮ ਅਖਤਿਆਰ ਕਰਨ ਦਾ ਹੱਕ ਹੈ। ਅਤੇ ਤੀਜਾ, ਜੇ ਤੂੰ ਮੌਤ ਦੀ ਗੱਲ ਕਰਦਾ ਤਾਂ ਕੀ ਮੁਸਲਮਾਨ ਬਣਿਆ ਮੈਨੂੰ ਮੌਤ ਨਹੀਂ ਆਵੇਗੀ, ਮੌਤ ਤਾਂ ਵਾਹਿਗੁਰੂ ਦਾ ਹੁਕਮ ਹੈ, ਹਰ ਇੱਕ ਨੇ ਇੱਕ ਨਾ ਇੱਕ ਦਿਨ ਮਰਨਾ ਹੈ। ਵਾਹਿਗੁਰੂ ਨੇ ਜਿੰਨੇ ਸਾਹ ਜਿਸ ਨੂੰ ਦਿੱਤੇ ਹਨ ਉਸਨੂੰ ਕੋਈ ਘਟਾ ਵਧਾ ਨਹੀਂ ਸਕਦਾ। ਸੋ ਕਾਜ਼ੀ ਅਤੇ ਸੂਬੇਦਾਰ ਇਸ ਜਵਾਬ 'ਤੇ ਖਿਝੇ ਤਾਂ ਜ਼ਰੂਰ ਪਰ ਉਹਨਾਂ ਨੇ ਇੱਕ ਦਿਨ ਹੋਰ ਗੁਰੂ ਜੀ ਦੇ ਜਵਾਬ ਦੀ ਉਡੀਕ ਕੀਤੀ। ਗੁਰੂ ਜੀ ਵੱਲੋਂ ਨਾ ਮਿਲਣ ਮਗਰੋਂ ਗੁਰੂ ਸਾਹਿਬ ਨੂੰ ਤਸੀਹੇ ਦੇਣ ਦਾ ਦੌਰ ਸ਼ੁਰੂ ਹੋ ਗਿਆ। ਗੁਰੂ ਸਾਹਿਬ ਨੂੰ ਤਪਦੇ ਹੋਏ ਥੰਮ ਨਾਲ ਲਾਇਆ ਗਿਆ, ਉਹਨਾਂ ਦੇ ਜਿਸਮ ਦੇ ਉੱਤੇ ਬਲਦੀ ਹੋਈ ਰੇਤ ਪਾਈ ਗਈ। ਤੋ ਅਗਲੇ ਪੰਜ ਦਿਨਾਂ 'ਚ ਉਹਨਾਂ ਦਾ ਜਿਸਮ ਬੁਰੀ ਤਰ੍ਹਾਂ ਨਿਢਾਲ ਹੋ ਗਿਆ ਪਰ ਇਹ ਵੀ ਜ਼ੁਲਮ ਜਿਹੜਾ ਗੁਰੂ ਸਾਹਿਬ ਨੂੰ ਬਦਲਣਾ ਸਿੱਖਿਆ। ਸੋ ਗੁਰੂ ਤੇਗ ਬਹਾਦਰ ਸਾਹਿਬ ਨੂੰ ਜਿਸ ਤਰ੍ਹਾਂ ਮੈਂ ਦੱਸਿਆ ਕਿ 5 ਨਵੰਬਰ 1675 ਦੇ ਦਿਨ ਜਿਹੜਾ ਉੱਥੇ ਦਿੱਲੀ ਲਿਜਾਇਆ ਗਿਆ ਸੀ। ਆਮ ਇੱਕ ਜਿਹੜੀ ਨਵੀਂ ਘਟਨਾ ਸੰਤੋਖ ਸਿੰਘ ਨੇ ਕੋਲੋਂ ਘੜ ਲਈ ਹੈ ਕਿ ਉਹ ਗੁਰੂ ਤੇਗ ਬਹਾਦਰ ਸਾਹਿਬ ਆਗਰੇ ਸਨ, ਆਗਰੇ ਵਿੱਚ ਉਹਨਾਂ ਨੇ ਇੱਕ ਆਜੜੀ ਨੂੰ ਹੀਰਾ ਦਿੱਤਾ। ਉਹ ਆਜੜੀ ਤੋਂ ਪਤਾ ਲੱਗਾ ਵੀ ਗੁਰੂ ਤੇਗ ਬਹਾਦਰ ਸਾਹਿਬ ਨੇ ਗੁਰੂ ਤੇਗ ਸਾਹਿਬ ਨੇ ਆਪਣੇ ਆਪ ਨੂੰ ਗ੍ਰਿਫਤਾਰ ਕਰਵਾਇਆ ਅਤੇ ਉਹਦੀ ਮਦਦ ਕਰਨ ਵਾਸਤੇ। ਇਹੋ ਜਿਹੀਆਂ ਗੱਪਾਂ ਗਿਆਨੀ ਗਿਆਨ ਸਿੰਘ ਅਤੇ ਸੰਤੋਖ ਸਿੰਘ ਨੇ ਰੱਜ ਕੇ ਘੜੀਆਂ ਹੋਈਆਂ ਹਨ। ਤੋ ਗੁਰੂ ਤੇਗ ਬਹਾਦਰ ਸਾਹਿਬ ਦਾ ਪਾਟਵੀਆਂ 'ਚ ਸਾਫ ਜ਼ਿਕਰ ਆਉਂਦਾ ਹੈ ਵੀ ਕਿਵੇਂ ਉਹਨਾਂ ਨੂੰ ਜਿਹੜਾ ਮਲਕਪੁਰ ਰੰਘਣਾ ਤੋਂ ਗ੍ਰਿਫਤਾਰ ਕੀਤਾ ਗਿਆ, ਜਿਹਨੂੰ ਅੱਜ ਕੱਲ੍ਹ ਖਾਲੀ ਮਲਕਪੁਰ ਕੱਢਦੇ ਹੈ, ਅਤੇ ਬੱਸੀ ਪਠਾਣਾ 4 ਮਹੀਨੇ ਕੈਦ ਰੱਖਿਆ ਗਿਆ। 5 ਨਵੰਬਰ 1675 ਦੇ ਦਿਨ ਉਹ ਦਿੱਲੀ ਪਹੁੰਚੇ ਜਿੱਥੇ ਉਹਨਾਂ ਨੂੰ 11 ਨਵੰਬਰ ਦੇ ਦਿਨ ਸ਼ਹੀਦ ਕੀਤਾ ਗਿਆ। 5 ਨਵੰਬਰ ਦੀ ਸੜਕੋਂ ਅਗਲੀ ਘਟਨਾ 1840 ਦੀ ਹੈ। ਜਿਸ ਤਰ੍ਹਾਂ ਅਸੀਂ ਜਾਣਦੇ ਹਾਂ ਕਿ ਡੋਗਰਿਆਂ ਨੇ ਖੜਕ ਸਿੰਘ ਦੇ ਸਾਥੀ ਚੇਤ ਸਿੰਘ ਬਾਜਵਾ ਨੂੰ ਮਾਰ ਕੇ ਖੜਕ ਸਿੰਘ ਨੂੰ ਹਟਾ ਕੇ ਉਹਦੀ ਥਾਂ 'ਤੇ ਨੌਨਿਹਾਲ ਸਿੰਘ ਨੂੰ ਰਾਜਾ ਬਣਾਤਾ ਸੀ। ਖੜਕ ਸਿੰਘ ਨੂੰ ਸੋਭ ਲਵਾਜਨੀ ਸ਼ੁਰੂ ਕਰ ਦਿੱਤੀ ਸੀ ਅਤੇ ਨੌਨਿਹਾਲ ਸਿੰਘ ਵੀ ਉਹਨੇ ਡੋਗਰਿਆਂ ਦੀ ਗੱਲ ਨਹੀਂ ਸੀ ਮੰਨਦਾ। ਤੋ ਉਹਨਾਂ ਨੇ 4 ਨਵੰਬਰ ਨੂੰ ਜਦੋਂ ਖੜਕ ਸਿੰਘ ਦੀ ਮੌਤ ਹੋ ਗਈ ਹੈ ਅਤੇ 5 ਨਵੰਬਰ ਨੂੰ ਉਹਦਾ ਸੰਸਕਾਰ ਕੀਤਾ ਗਿਆ ਅਤੇ ਉਹਦਾ ਜਦੋਂ ਸੰਸਕਾਰ ਕਰਨ ਤੋਂ ਬਾਅਦ ਉਹ ਵਾਪਸ ਆ ਰਹੇ ਸਨ ਅਤੇ ਘੜੀ ਕੜਾਈ ਸਾਜਿਸ਼ ਮੁਤਾਬਕ ਧਿਆਨ ਸਿੰਘ ਡੋਗਰੇ ਨੇ ਰੌਸ਼ਨੀ ਗੇਟ ਦਾ ਛੱਜਾ ਸੁਟਵਾ ਕੇ ਮਹਾਰਾਜਾ ਨੌਨਿਹਾਲ ਸਿੰਘ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਨੌਨਿਹਾਲ ਸਿੰਘ ਦੇ ਨਾਲ ਇਸ ਵੇਲੇ ਗੁਲਾਬ ਸਿੰਘ ਡੋਗਰੇ ਦਾ ਪੁੱਤਰ ਮੀਆਂ ਊਧਮ ਸਿੰਘ ਵੀ ਹੱਥ ਫੜ ਕੇ ਨਾਲ ਆ ਰਿਹਾ ਸੀਗਾ। ਤੋ ਗੇਟ ਦਾ ਛੱਜਾ ਸਿਰ 'ਤੇ ਡਿੱਗਣ ਨਾਲ ਨੌਨਿਹਾਲ ਸਿੰਘ ਨੂੰ ਤਾਂ ਸਿੱਟਾਂ ਹੀ ਲੱਗੀਆਂ ਪਰ ਗੁਲਾਬ ਸਿੰਘ ਡੋਗਰੇ ਦਾ ਪੁੱਤਰ ਊਧਮ ਸਿੰਘ ਉਸੇ ਥਾਈਂ ਮਰ ਗਿਆ। ਖੜਕ ਸਿੰਘ ਨੌਨਿਹਾਲ ਸਿੰਘ ਨੂੰ ਕਿਉਂਕਿ ਸਿਰਫ ਚੀਟਾਂ ਹੀ ਸਨ ਪਰ ਪਹਿਲਾਂ ਕੀਤੀ ਤਿਆਰੀ ਮੁਤਾਬਕ ਨੌਨਿਹਾਲ ਸਿੰਘ ਨੂੰ ਜ਼ਬਰਦਸਤੀ ਇੱਕ ਪਾਲਕੀ 'ਚ ਪਾ ਲਿਆ ਗਿਆ ਅਤੇ ਸਾਜਿਸ਼ ਮੁਤਾਬਕ ਪਾਲਕੀ ਵੀ ਪਹਿਲਾਂ ਹੀ ਮੌਜੂਦ ਸੀ ਅਤੇ ਧਿਆਨ ਸਿੰਘ ਡੋਗਰਾ ਪਾਲਕੀ ਲੈ ਕੇ ਬੜੀ ਤੇਜ਼ੀ ਨਾਲ ਖੇੜੇ ਵੱਲ ਵੱਧ ਗਿਆ। ਲਹਿਣਾ ਸਿੰਘ ਮਜੀਠੀਆ ਨੇ ਉਹਦੇ ਨਾਲ ਜਾਣ ਦੀ ਕੋਸ਼ਿਸ਼ ਕੀਤੀ ਤਾਂ ਉਸਨੂੰ ਰੋਕ ਦਿੱਤਾ ਗਿਆ। ਹੋਰ ਤਾਂ ਹੋਰ ਨੌਨਿਹਾਲ ਸਿੰਘ ਦੀ ਮਾਂ ਰਾਣੀ ਚੰਦ ਕੌਰ ਨੂੰ ਵੀ ਉਸਦੇ ਨੇੜੇ ਜਾਣ ਦੀ ਇਜਾਜ਼ਤ ਨਾ ਦਿੱਤੀ ਗਈ। ਉਹ ਵਿਚਾਰੀ ਕਿਹੜੇ ਦਾ ਦਰਵਾਜ਼ਾ ਖੁਲਵਾਉਣ ਵਾਸਤੇ ਕਿੰਨਾ ਚਿਰ ਦਰਵਾਜ਼ੇ ਦੇ ਉੱਤੇ ਹੱਥ ਮਾਰ ਮਾਰ ਕੇ ਪਿੱਟਦੀ ਰਹੀ। ਡੋਗਰਿਆਂ ਵਿੱਚ ਇੰਨੀ ਤਾਕਤ ਸੀ ਕਿ ਮਹਾਰਾਜੇ ਦੀ ਮਾਂ ਨੂੰ ਵੀ ਕਿਲ੍ਹੇ ਵਿੱਚ ਵੜਨ ਦੀ ਇਜਾਜ਼ਤ ਨਹੀਂ ਸੀ।
ਉੱਧਰ ਧਿਆਨ ਸਿੰਘ ਡੋਗਰਾਂ ਨੇ ਸਿਰ 'ਚ ਪੱਥਰ ਮਰਵਾ ਕੇ ਨੌ ਨਿਹਾਲ ਸਿੰਘ ਨੂੰ ਖਤਮ ਕਰਤਾ। ਹੈਨਰੀ ਗਾਰਡਨਰ ਲਿਖਦਾ ਹੈ ਕਿ ਛੱਡਾ ਡਿੱਗਣ ਤੋਂ ਪਹਿਲਾਂ ਚਲਾਕੀ ਨਾਲ ਉਸ ਨੂੰ ਆਪਣਾ ਫੌਜੀ ਦਸਤਾ ਲਿਆਉਣ ਵਾਸਤੇ ਉੱਥੋਂ ਭੇਜ ਦਿੱਤਾ ਗਿਆ। ਉਹ ਦੱਸਦਾ ਕਿ ਨੌ ਨਿਹਾਲ ਸਿੰਘ ਬਾਰੇ ਰਾਜ਼ ਖੁੱਲ੍ਹਣ ਦੇ ਡਰ ਤੋਂ ਪਾਲਕੀ ਲਿਜਾਣ ਵਾਲਿਆਂ ਵਿੱਚੋਂ ਦੋ ਨੂੰ ਕਤਲ ਕਰ ਦਿੱਤਾ ਗਿਆ ਅਤੇ ਦੋ ਜਿਹੜੇ ਉਹਨਾਂ 'ਚੋਂ ਅੰਗਰੇਜ਼ੀ ਇਲਾਕੇ ਵੱਲ ਦੌੜ ਗਏ ਜਿਨ੍ਹਾਂ ਨੇ ਜਾ ਕੇ ਰਾਜ਼ ਖੋਲ੍ਹਿਆ ਅਤੇ ਇਸ ਮੌਤ ਦੀ ਖਬਰ ਤੀਜੇ ਦਿਨ ਕੱਢੀ ਗਈ। ਇਸ ਦੇ ਨਾਲ ਹੀ ਧਿਆਨ ਸਿੰਘ ਨੇ ਸ਼ੇਰ ਸਿੰਘ ਨੂੰ ਮੁਖੇਰੀਆਂ ਤੋਂ ਬੁਲਵਾ ਲਿਆ ਤਾਂ ਜੋ ਉਸਨੂੰ ਗੱਦੀ 'ਤੇ ਬਿਠਾ ਦਿੱਤਾ ਜਾਵੇ। ਤੋ ਨੌ ਨਿਹਾਲ ਸਿੰਘ ਦਾ ਸੰਸਕਾਰ ਜਿਹੜਾ ਉਹ 8 ਨਵੰਬਰ ਨੂੰ ਕੀਤਾ ਗਿਆ। ਉਸ ਦੇ ਨਾਲ ਦੋ ਰਾਣੀਆਂ ਹਿੰਦੂ ਰਾਜਪੂਤ ਰਾਣੀ ਕਟੋਚਨ ਅਤੇ ਪਦੌੜਨ ਅਤੇ 4 ਗੋਲੀਆਂ ਸਤੀ ਕੀਤੀਆਂ ਗਈਆਂ, ਜਿਉਂਦੀਆਂ ਸਾੜ ਦਿੱਤੀਆਂ ਗਈਆਂ, ਜ਼ਬਰਦਸਤੀ ਸਾੜੀਆਂ ਗਈਆਂ। ਤੋ ਇੰਜ ਸਿਰਫ 16.5 ਮਹੀਨਿਆਂ ਵਿੱਚ ਰਣਜੀਤ ਸਿੰਘ ਦੇ 2 ਵਾਰਸ ਜਿਹੜੇ ਨੇ ਉਹ ਖਤਮ ਕਰ ਦਿੱਤੇ ਗਏ ਸਨ। ਇਹ ਘਟਨਾ 5 ਨਵੰਬਰ 1840 ਦੀ। ਫਿਰ ਸਾਡੇ ਕੋਲ ਘਟਨਾ 5 ਨਵੰਬਰ ਦੀ 1978 ਦੀ ਹੈ, ਜਦੋਂ ਦਿੱਲੀ ਪੁਲਿਸ ਨੇ ਗੋਲੀਆਂ ਚਲਾ ਕੇ 3 ਸਿੱਖ ਮਾਰੇ ਸਨ। 13 ਅਪ੍ਰੈਲ 1978 ਦੇ ਦਿਨ ਅੰਮ੍ਰਿਤਸਰ 'ਚ ਨਿਨਕਾਰੀਆਂ ਵੱਲੋਂ 13 ਸਿੱਖਾਂ ਦਾ ਕਤਲੇਆਮ ਕੀਤੇ ਜਾਂਦੇ ਪ੍ਰੋਟੈਸਟ ਜਿਹੜੇ ਆ ਉਹ ਹਰ ਥਾਂ 'ਤੇ ਹੋਏ ਸਨ, ਜਿਹਦੇ 'ਚ ਇੱਕ ਦਿੱਲੀ 'ਚ ਪ੍ਰੋਟੈਸਟ ਹੈਗਾ। 5 ਨਵੰਬਰ 1978 ਦੇ ਦਿਨ ਦਿੱਲੀ 'ਚ ਨਿਕਲੇ ਜਲੂਸ 'ਤੇ ਪੁਲਿਸ ਨੇ ਟੀਅਰ ਗੈਸ 'ਤੇ ਗੋਲੀਆਂ ਚਲਾ ਕੇ ਅਕਾਲੀ ਪਾਰਟੀ ਦੀ ਦਿੱਲੀ ਯੂਨਿਟ ਦੇ ਪ੍ਰਧਾਨ ਅਵਤਾਰ ਸਿੰਘ ਕੋਹਲੀ ਅਤੇ 2 ਸਿੱਖਾਂ ਮਨਿੰਦਰ ਸਿੰਘ ਅਤੇ ਗੋਬਿੰਦ ਸਿੰਘ ਨੂੰ ਮਾਰ ਦਿੱਤਾ। ਇਸ ਵੇਲੇ ਪੁਲਿਸ ਦੀ ਟ੍ਰੈਫਿਕ ਇੰਚਾਰਜ ਸੀ ਕਿਰਨ ਬੇਦੀ ਸੀ, ਜਿਹੜੀ ਬਾਅਦ 'ਚ 2016 ਵਿੱਚ ਭਾਰਤੀ ਜਨਤਾ ਪਾਰਟੀ ਨੇ ਲੈਫਟੀਨੈਂਟ ਗਵਰਨਰ ਬਣਾਈ ਅਤੇ ਉਸ ਤੋਂ ਪਹਿਲਾਂ 2014 'ਚ ਵੀ ਉਸ ਨੂੰ ਜਿਹੜਾ ਦਿੱਲੀ ਦਾ ਚੀਫ ਮਿਨਿਸਟਰ ਦਾ ਕੈਂਡੀਡੇਟ ਜਿਹੜਾ ਬਣਾਇਆ ਗਿਆ ਸੀ। ਇਹ ਉਹ ਕਿਰਨ ਬੇਦੀ ਇਸ ਵੇਲੇ ਟ੍ਰੈਫਿਕ ਪੁਲਿਸ ਦੀ ਇੰਚਾਰਜ ਸੀ ਜਿਨ੍ਹਾਂ ਨੇ ਇਹ ਗੋਲੀ ਵਾਰੀ ਕੀਤੀ ਸੀ। ਫਿਰ ਸੈਂਟਰ 'ਚ ਉਸ ਵੇਲੇ ਜਨਤਾ ਪਾਰਟੀ ਅਤੇ ਅਕਾਲੀ ਦਲ ਦੀ ਸਾਂਝੀ ਸਰਕਾਰ ਸੀ। ਤੋ ਇਸੇ ਦਿਨ 5 ਨਵੰਬਰ 1978 ਦੇ ਦਿਨ ਜਿਹੜਾ ਪੁਲਿਸ ਨੇ ਗੁਰਦੁਆਰਾ ਬੰਗਲਾ ਸਾਹਿਬ, ਰਕਾਬਗੰਜ ਵਗੈਰਾ ਜਿਹੜਾ ਇਹਨਾਂ ਨੂੰ ਸੀਲ ਕਰ ਦਿੱਤਾ। ਚੇਤੇ ਰਹੇ ਕਿ 1783 ਜਦੋਂ ਦੇ ਇਹ ਗੁਰਦੁਆਰੇ ਕਾਇਮ ਹੋਏ ਹਨ, ਯਾਨੀ ਮੁਗਲਾਂ ਅਤੇ ਅੰਗਰੇਜ਼ਾਂ ਦੀਆਂ ਹਕੂਮਤਾਂ ਵੇਲੇ ਕਦੇ ਵੀ ਇਹਨਾਂ ਗੁਰਦੁਆਰਿਆਂ ਵਿੱਚ ਸਿੱਖਾਂ ਦਾ ਦਾਖਲਾ ਬੰਦ ਨਹੀਂ ਸੀ ਹੋਇਆ ਅਤੇ ਇਹ ਹਰਕਤ ਪਿਛਲੇ 200 ਸਾਲ ਵਿੱਚ ਪਹਿਲੀ ਵਾਰ ਹੋਈ ਸੀ ਅਤੇ ਉਹ ਵੀ ਅਕਾਲੀ ਦਲ ਦੀ ਭਾਈਵਾਲੀ ਵਾਲੀ ਸਰਕਾਰ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀ। ਇਸ ਨਾਕਾਬੰਦੀ ਦਾ ਹੁਕਮ ਮੋਰਾਰਜੀ ਦੇਸਾਈ ਵਰਗੇ ਫਿਰਕੂ ਹਿੰਦੂ ਪ੍ਰਾਈਮ ਮਿਨਿਸਟਰ ਨੇ ਦਿੱਤਾ ਸੀ। ਗੁਰਦੁਆਰਿਆਂ ਦੀ ਨਾਕਾਬੰਦੀ ਦੇ ਨਾਲ ਨਾਲ ਇਹਨਾਂ ਇਲਾਕਿਆਂ 'ਚ ਕਰਫਿਊ ਵੀ ਲਾ ਦਿੱਤਾ ਗਿਆ ਸੀ ਤਾਂ ਜੋ ਕੋਈ ਸਿੱਖ ਨੇੜੇ ਤੇੜੇ ਵੀ ਫੜਕ ਨਾ ਸਕੇ। ਤੋ ਇਹਨਾਂ ਗੁਰਦੁਆਰਿਆਂ ਦੀ ਨਾਕਾਬੰਦੀ ਜਿਹੜੀ ਹੈ ਉਹ 3 ਦਿਨ ਜਾਰੀ ਰਹੀ ਅਤੇ ਉਦੋਂ ਖਤਮ ਹੋਈ ਜਦੋਂ ਅਕਾਲੀ ਪਾਰਟੀ ਦੇ ਸੈਂਟਰ ਦੇ ਵਜ਼ੀਰਾਂ ਅਤੇ ਪੰਜਾਬ ਦੇ ਚੀਫ ਮਿਨਿਸਟਰ ਨੇ ਇਸ ਨਾਕਾਬੰਦੀ ਅਤੇ ਕਰਫਿਊ ਨੂੰ ਤੋੜਨ ਵਾਸਤੇ ਗ੍ਰਿਫਤਾਰੀਆਂ ਦੇਣ ਦੀ ਸਕੀਮ ਬਣਾਈ। ਇਹ ਗੱਲ ਮੀਟਿੰਗ ਅਕਾਲੀ ਦਲ ਦੀ ਅੰਮ੍ਰਿਤਸਰ ਹੋਈ ਸੀ, ਉਹਦੇ 'ਚ ਡਿਸਕਸ ਹੀ ਕੀਤੀ ਗਈ ਸੀ, ਪਰ ਸੁਰਜੀਤ ਬਰਨਾਲਾ ਵੀ ਉਹਦੇ 'ਚ ਬੈਠਾ ਸੀ ਅਤੇ ਅਜਮੇਰ ਸਿੰਘ ਅਕਾਲੀ ਦਲ ਦਾ ਦਫ਼ਤਰ ਸਕੱਤਰ ਸੀ ਉਹ ਵੀ ਬੈਠਾ ਸੀ। ਲੱਗਦਾ ਵੀ ਇਹਨਾਂ ਦੋਨਾਂ ਵਿੱਚੋਂ ਕਿਸੇ ਨੇ ਇਹ ਸਕੀਮ ਜਿਹੜੀ ਹੈ CID ਤੱਕ ਪਹੁੰਚਾਈ ਅਤੇ ਸੈਂਟਰ ਨੇ ਅਕਾਲੀ ਵਜ਼ੀਰਾਂ ਵੱਲੋਂ ਗ੍ਰਿਫਤਾਰੀ ਦੇਣ ਵਾਸਤੇ ਦਿੱਲੀ ਪਹੁੰਚਣ ਤੋਂ ਪਹਿਲਾਂ ਜਿਹੜਾ ਗੁਰਦੁਆਰਿਆਂ ਦੀ ਤਾਲਾਬੰਦੀ ਖਤਮ ਕਰਤੀ ਅਤੇ ਕਰਫਿਊ ਹਟਾ ਦਿੱਤਾ। ਇਸ ਤੋਂ ਬਾਅਦ ਸਾਡੇ ਕੋਲ ਨਕਲੀ ਮੁਕਾਬਲੇ ਦੀ ਘਟਨਾ ਨੇ 1987 ਦੀ ਘਟਨਾ ਹੈ ਕਿ 5 ਨਵੰਬਰ 1987 ਦੇ ਦਿਨ ਪੁਲਿਸ ਨੇ ਸੁਰਿੰਦਰ ਸਿੰਘ ਪੁੱਤਰ ਅਮਰ ਸਿੰਘ ਵਾਸੀ ਕਲਾਨੌਰ ਜ਼ਿਲ੍ਹਾ ਗੁਰਦਾਸਪੁਰ ਨੂੰ ਇੱਕ ਨਕਲੀ ਮੁਕਾਬਲੇ ਸ਼ਹੀਦ ਕਰ ਦਿੱਤਾ। ਫਿਰ ਸੜਕੋ 1999 ਦੀ ਘਟਨਾ ਹੈ, 5 ਨਵੰਬਰ 1999 ਦੇ ਦਿਨ ਪੁਲਿਸ ਨੇ ਕੁਲਵੰਤ ਸਿੰਘ ਕੰਤਾ ਵਾਸੀ ਜਗਦੇਵ ਕਲਾਂ ਅੰਮ੍ਰਿਤਸਰ ਨੂੰ ਇੱਕ ਨਕਲੀ ਮੁਕਾਬਲੇ ਸ਼ਹੀਦ ਕਰਤਾ। ਫਿਰ 1990 'ਚ ਤਾਂ ਬਹੁਤ ਸਾਰੀਆਂ ਸ਼ਹੀਦੀਆਂ ਹਨ। 5 ਨਵੰਬਰ 1990 ਦੇ ਦਿਨ ਪੁਲਿਸ ਨੇ ਬਲਕਾਰ ਸਿੰਘ ਉਰਫ ਫੌਜੀ ਪੁੱਤਰ ਹਰੀ ਸਿੰਘ ਵਾਸੀ ਸਰਲੀ ਮੰਡਾ ਅੰਮ੍ਰਿਤਸਰ, ਹਾਕਮ ਸਿੰਘ ਉਰਫ ਹੱਕੂ ਪੁੱਤਰ ਗੁਰਮੇਜ ਸਿੰਘ ਵਾਸੀ ਦਾਸੂਵਾਲ ਜ਼ਿਲ੍ਹਾ ਅੰਮ੍ਰਿਤਸਰ, ਸੁਖਦੇਵ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਮੁਲਤਾਨ ਬਾਗ ਜ਼ਿਲ੍ਹਾ ਅੰਮ੍ਰਿਤਸਰ, ਬਲਕਾਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਜੌਲ ਸਿੰਘ ਵਾਲਾ ਜ਼ਿਲ੍ਹਾ ਅੰਮ੍ਰਿਤਸਰ ਨੂੰ ਨਕਲੀ ਮੁਕਾਬਲੇ ਵਿੱਚ ਸ਼ਹੀਦ ਕਰਤਾ। ਇਸੇ ਦਿਨ ਪੁਲਿਸ ਨੇ ਲਖਬੀਰ ਸਿੰਘ ਲੱਖਾ ਉਰਫ ਪੋਲੀ ਵਾਸੀ ਧਰਦਿਓ ਅੰਮ੍ਰਿਤਸਰ ਨੂੰ ਇੱਕ ਨਕਲੀ ਮੁਕਾਬਲੇ ਸ਼ਹੀਦ ਕਰ ਦਿੱਤਾ। ਫਿਰ ਸੜਕ 1991 ਦੀ ਘਟਨਾ ਹੈ, 5 ਨਵੰਬਰ 1991 ਦੇ ਦਿਨ ਪੁਲਿਸ ਨੇ ਪਰਮਜੀਤ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਮਧੂਬਲੀ ਨੇੜੇ ਬਟਾਲਾ ਨੂੰ ਇੱਕ ਨਕਲੀ ਮੁਕਾਬਲੇ ਸ਼ਹੀਦ ਕਰ ਦਿੱਤਾ। 1992 ਵਿੱਚ ਪੁਲਿਸ ਨੇ 5 ਨਵੰਬਰ 1992 ਦੇ ਦਿਨ ਗੁਰਚਰਨ ਸਿੰਘ ਜਿੰਦੀ ਵਾਸੀ ਰਸੂਲਪੁਰ, ਸੁਰਜੀਤ ਸਿੰਘ ਵਾਸੀ ਰੋਮੀ, ਅਰਵਿੰਦਰ ਸਿੰਘ ਵਾਸੀ ਵਿਜਲ ਅਤੇ ਹੋਰ ਕਈ ਸਿੱਖਾਂ ਨੂੰ ਨਕਲੀ ਮੁਕਾਬਲੇ 'ਚ ਸ਼ਹੀਦ ਕਰ ਦਿੱਤਾ। ਤੋ 5 ਨਵੰਬਰ ਦੀ ਸਾਡੇ ਕੋਲ 2013 ਦੀ ਇੱਕ ਘਟਨਾ ਹੈ ਕਿ ਦਰਬਾਰ ਸਾਹਿਬ ਵਿੱਚ ਇੱਕ ਪਤਿਤ ਬੰਦੇ ਦਾੜੀ ਮੁੰਡੇ ਕੇਸ ਮੁੰਡੇ ਨੇ ਸਵਈਏ ਪੜ੍ਹੇ। 5 ਨਵੰਬਰ 2013 ਦੇ ਦਿਨ ਦਰਬਾਰ ਸਾਹਿਬ ਅੰਮ੍ਰਿਤਸਰ 'ਚ ਇੱਕ ਪਤਿਤ ਨੇ ਜੋ ਸਵਈਏ ਪੜ੍ਹੇ ਤਾਂ ਉਸ ਵੇਲੇ ਰਵੇਲ ਸਿੰਘ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠਾ ਸੀ ਅਤੇ ਕੁਲਵਿੰਦਰ ਸਿੰਘ ਅਰਦਾਸੀਆ ਵੀ ਮੌਜੂਦ ਸੀ। ਜਸ਼ਨ ਦੀ ਗਵਾਹਾਂ ਮੁਤਾਬਕ ਮੁੱਖ ਗ੍ਰੰਥੀ ਗਿਆਨੀ ਜਸਵਿੰਦਰ ਸਿੰਘ ਨੇ ਉਸਨੂੰ ਸਵਈਏ ਪੜ੍ਹਨ ਵਾਸਤੇ ਕਿਹਾ ਸੀ ਔਰ ਉਹਨੇ ਕਹਿਣ ਮੁਤਾਬਕ ਉਹਦੇ ਕੋਲ ਦਰਬਾਰ ਸਾਹਿਬ ਦੇ ਗ੍ਰੰਥੀ ਦੀ ਲਿਖਤੀ ਇਜਾਜ਼ਤ ਵੀ ਸੀ। ਇਹ ਇਤਿਹਾਸ 'ਚ ਪਹਿਲੀ ਵਾਰੀ ਹੋਇਆ ਸੀ ਕਿ ਇੱਕ ਪਤਿਤ ਨੇ, ਇੱਥੇ ਔਰਤਾਂ ਨੂੰ ਕੀਰਤਨ ਕਰਨ ਦੀ ਇਜਾਜ਼ਤ ਨਹੀਂ ਹੈ ਪਰ ਇੱਕ ਪਤਿਤ ਨੂੰ ਜਿਹੜਾ ਉਹਨੇ ਸਵਈਏ ਪੜ੍ਹਨ ਲਈ ਗਿਆਨੀ ਜਸਵਿੰਦਰ ਸਿੰਘ ਨੇ ਕਿਹਾ। ਤੋ ਇਹ ਘਟਨਾ 5 ਨਵੰਬਰ 2013 ਦੀ ਹੈ। ਇਹ ਸਨ ਘਟਨਾਵਾਂ 5 ਨਵੰਬਰ ਦੀਆਂ ਜਿਹੜੀਆਂ ਮੈਂ ਤੁਹਾਡੇ ਕੋਲ ਪੇਸ਼ ਕੀਤੀਆਂ। ਸ਼ੁਕਰੀਆ।